டவீட்டா டபிட்டா டிரம்பாட்டி நக்தி பட ਟਰੰਪ ਦੀਆਂ ਮੈਂ ਪੜਾ ਪ੍ਰੀਤਾ ਨਾਲ ਤੇ ਬੜਾ ਮੱਥੇ ਤੇ ਹੱਥ ਮਾਰ ਟਵੀਟਾਂ ਟਰੰਪ ਦੀਆਂ ਹ ਹ ਡੋਨਲਡ ਟਰੰਪ ਨੇ ਅੱਛਾ ਜਿਹੜੀ ਟਵੀਟ ਕੀਤੀ ਚਲੋ ਉਹ ਤੇ ਇੱਕ ਮੇਜਰ ਪੋਲਿਸੀ ਡਿਸੀਜਨ ਆ ਵਸੋ ਆ ਕਿ ਗ੍ਰੀਨ ਕਾਰਡਸ ਦੇ ਉੱਪਰ ਰੋਕ ਲਗਾਈ ਜਾ ਰਹੀ ਆ ਪਰ ਉਸ ਤੋਂ ਬਾਅਦ ਹੋਰ ਵੀ ਕਈ ਟਵੀਟਸ ਕੀਤੀਆਂ ਪਹਿਲਾਂ ਗ੍ਰੀਨ ਕਾਰਡਸ ਵਾਲੀ ਗੱਲ ਕਰ ਲਈਏ ਗ੍ਰੀਨ ਕਾਰਡਸ ਦੇ ਵਿਜੇ ਉਹਨਾਂ ਨੇ ਕਹਿਤਾ ਸੀ ਕਿ ਮੈਂ ਜਿਹੜੀ ਇਮੀਗ੍ਰੇਸ਼ਨ ਹੈ ਉੱਤੇ ਮੈਂ ਟੈਂਪੋਰਰੀ ਉਹਨੂੰ ਬੈਨ ਕਰ ਦੇਣਾ ਤੇ ਟਵੀਟ ਚ ਇੰਨਾ ਹੀ ਕੀਤਾ ਕੱਲ ਉਹਨਾਂ ਨੇ ਗੈਪਸ ਜਿਹੜੇ ਫਿਲ ਕੀਤੇ ਪ੍ਰੈਸ ਬਰੀਫਿੰਗ ਦੇ ਵਿੱਚ ਤੇ ਉਹ ਕਹਿੰਦੇ ਨੇ ਕਿ 60 ਡੇਸ ਦੇ ਲਈ ਜਿਹੜੀ ਪ੍ਰੋਸੈਸਿੰਗ ਆਫ ਇਮੀਗ੍ਰੇਸ਼ਨ ਐਪਲੀਕੇਸ਼ਨਸ ਹੈ ਉਹਦੇ ਤੇ ਹੋੜ ਲਗਾਈ ਜਾ ਰਹੀ ਹੈ ਤੇ ਇਹਦੇ ਚੋਂ ਵਰਕ ਵੀਜ਼ਾਸ ਜਿਹੜੇ ਨੇ ਉਹਨਾਂ ਨੂੰ ਬਾਹਰ ਰੱਖਿਆ ਗਿਆ ਜੀ ਤੇ ਇਹਦੇ ਵਿੱਚ ਵਿਜੇ ਤੁਸੀਂ ਦੇਖੋ ਗੱਲ ਕਿ ਸ਼ੁਰੂ ਉਹਨਾਂ ਨੇ ਇਹ ਸਾਰਾ ਜਿਹੜਾ ਸੀਗਾ ਅ ਕਿਉਂਕਿ ਕ੍ਰਿਟਿਕਸ ਕਹਿ ਰਹੇ ਸੀ ਕਿ ਇਟਸ ਅ ਡਾਈਵਰਜਨ ਟੈਕਟਿਕ ਕਿ ਕੋਵਿਡ 19 ਨੂੰ ਜਿਹੜਾ ਉਹਨਾਂ ਦਾ ਰਿਸਪੌਂਸ ਸੀ ਬਹੁਤ ਢਿੱਲਾ ਸੀ ਉਸ ਤੇ ਉਹਨੂੰ ਪਰਦਾ ਪਾਉਣ ਲਈ ਇਹਨਾਂ ਨੇ ਹੁਣ ਇਮੀਗ੍ਰੇਸ਼ਨ ਦੀ ਗੱਲ ਛੇੜ ਲਈ ਹੈ ਤੇ ਟਰੰਪ ਨੇ ਉਹਨੂੰ ਇਦਾਂ ਡਿਫੈਂਡ ਕੀਤਾ ਸੀ ਕਹਿੰਦੇ ਨਹੀਂ ਮੈਂ ਆਪਣੇ ਅਮਰੀਕਨਸ ਦੇ ਲਈ ਜੌਬਸ ਸਿਕਿਉਰ ਕਰਨ ਲਈ এমਪਲాయਮੈਂਟ ઓનાਦੀ મે આ સુનિਸ਼ਚਿਤ ਕਰਨ ਲਈ ਜਿਹੜੇ ਫੋਰਨ ਵਰਕਰਸ ਆ ਰਹੇ ਨੇ ਉਹਨਾਂ ਤੇ ਮੈਂ ਰੋਕ ਲਗਾ ਰਿਹਾ ਹਾਂ ਪਰ ਜਿਹੜਾ ਇਹ ਹੁਣ ਡੀਟੇਲ ਆਈ ਹੈ ਇਹਦੇ ਵਿੱਚ ਤਾਂ ਜਿਹੜੇ ਗ੍ਰੀਨ ਕਾਰਡ ਲਈ ਅਪਲਾਈ ਕਰ ਰਹੇ ਨੇ ਉਹਨਾਂ ਦੇ ਉੱਤੇ ਟੈਂਪੋਰਰੀ ਸਸਪੈਂਸ਼ਨ ਲਗਣੀ ਹੈ 60 ਦਿਨਾਂ ਦੀ ਜੀ ਪਰ ਉਹਦੇ 'ਚ ਐਕਸੈਪਸ਼ਨਸ ਨੇ ਕੁਝ ਉਹਦੇ 'ਚ ਵੀ ਐਕਸੈਪਸ਼ਨਸ ਨੇ ਕਿ ਵਰਕ ਵੀਜ਼ਾ ਨੂੰ ਟੋਟਲੀ ਉੱਤੋਂ ਬਾਹਰ ਰੱਖਿਆ ਗਿਆ ਜਿਹੜੇ ਟੈਂਪੋਰਰੀ ਵਰਕਰਸ ਆ ਰਹੇ ਨੇ ਉਹ ਤਾਂ ਬਿਲਕੁਲ ਬਾਹਰ ਨੇ ਤੇ ਬਹੁਤੇ ਉਹੀ ਵਰਕਰਸ ਨੇ ਜਿਹੜੇ ਅਮਰੀਕਨਸ ਦੀਆਂ ਜੋਬਸ ਲੈ ਰਹੇ ਨੇ ਤੇ ਜੇ ਤੁਸੀਂ ਜੋਬਸ ਪ੍ਰੋਟੈਕਟ ਕਰਨੀਆਂ ਸੀ ਤੇ ਫਿਰ ਅੱਛਾ ਗ੍ਰੀਨ ਕਾਰਡ ਜਿਹੜੀ ਸੈਰੇਮੋਨੀਜ਼ ਹੈਗੀਆਂ ਸਿਟੀਜ਼ਨ ਸੈਰੇਮੋਨੀਜ਼ ਉਹ ਤਾਂ ਆਲਰੇਡੀ ਹੋ ਰਹੀਆਂ ਹਨ ਨਵੇਂ ਲੋਕ ਤਾਂ ਆ ਵੀ ਨਹੀਂ ਰਹੇ ਕਿੰਨੇ ਜਿਹੜੇ ਵੀਜ਼ਾ ਆਫਿਸਿਸ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਦੁਨੀਆ ਭਰ ਦੇ ਵਿੱਚੋਂ ਬੰਦ ਪਏ ਨੇ ਕਿਉਂਕਿ ਕਈ ਮੁਲਕਾਂ 'ਚ ਲੋਕਡਾਊਨ ਹੈ ਸੋਸ਼ਲ ਡਿਸਟੈਂਸਿੰਗ ਚਾ ਦਾ ਇਹ ਬਿਸਲੇ ਦੌਰ ਚੱਲਦਾ ਪਿਆ ਅੱਛਾ ਇੱਕ ਗੱਲ ਹੋਰ ਹੈ ਜਿਹੜੇ ਇਹ ਸਾਰੇ ਗ੍ਰੀਨ ਕਾਰਡ ਜਿਸ਼ੂ ਹੋਣੇ ਨੇ ਇੱਕ ਆਫੀਸ਼ੀਅਲ ਨੇ ਇਹ ਸਪਸ਼ਟਿਕਰਣ ਵੀ ਦਿੱਤਾ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਇਮੀਡੀਏਟ ਫੈਮਿਲੀ ਮੈਂਬਰਸ ਵਾਸਤੇ ਗ੍ਰੀਨ ਕਾਰਡ ਲੈਣੇ ਨੇ ਕਹਿੰਦੇ ਉਹਨਾਂ ਦੇ ਉੱਪਰ ਇਸ ਦਾ ਕੋਈ ਅਸਰ ਨਹੀਂ ਪਏਗਾ ਕਿਉਂਕਿ 2019 'ਚ ਯੂਐਸ ਵੱਲੋਂ ਤਕਰੀਬਨ 1 ਮਿਲੀਅਨ ਗ੍ਰੀਨ ਕਾਰਡਸ ਜਿਸ਼ੂ ਕੀਤੇ ਗਏ ਸੀ ਜਿਨ੍ਹਾਂ ਦੇ ਉਹਨਾਂ ਲੋਕਾਂ ਵਾਸਤੇ ਸੀ ਜਿਨ੍ਹਾਂ ਨੇ ਆਪਣੇ ਫੈਮਿਲੀ ਮੈਂਬਰਸ ਨੂੰ ਸਪான்ਸਰ ਕੀਤਾ ਸੀ ਜਿਦੇ ਵਿੱਚ ਕਿਆ ਸਪਾਊਸਲ ਵੀਜ਼ਾ ਵਾਲੇ ਗ੍ਰੀਨ ਕਾਰਡਸ ਉਹ ਵੀ ਸ਼ਾਮਲ ਹੁੰਦੇ ਨੇ ਸੋ ਉਹਨਾਂ ਦੇ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ ਤੇ ਜੇ ਜੇ ਆਪਾਂ ਕੈਨੇਡੀਅਨਸ ਦੀ ਗੱਲ ਕਰੀਏ 18000 ਕੈਨੇਡੀਅਨਸ ਨੂੰ ਪਿਛਲੇ ਸਾਲ ਯੂਐਸ ਦਾ ਗ੍ਰੀਨ ਕਾਰਡ ਮਿਲਿਆ ਤੇ ਜੇ ਵਰਕ ਵੀਜ਼ਾਸ ਦੀ ਗੱਲ ਕਰੀਏ ਤਾਂ 1 ਮਿਲੀਅਨ ਤੋਂ ਵੱਧ ਜੀ 2118 ਦੇ ਵਿੱਚ ਟ੍ਰਿਪਸ ਲਗਾਏ ਅ ਵਰਕ ਰਿਲੇਟਿਡ ਹਾਂ ਕੈਨੇਡੀਅਨਸ ਨੇ ਫ্রম ਕੈਨੇਡਾ ਟੂ ਯੂਐਸ ਸੋ ਉਹਦਾ ਮਿਆਰ ਦੇਖੋ ਤੁਸੀਂ 1 ਮਿਲੀਅਨ ਇਹ ਕਿੱਥੇ 18000 ਹਾਂ ਤੇ ਡੋਨਲਡ ਟਰੰਪ ਨੇ ਪਹਿਲਾਂ ਇਦਾਂ ਸਵੀਪਿੰਗ ਸਟੇਟਮੈਂਟ ਇੱਕ ਟਵੀਟ ਕੀਤੀ ਸੀ ਤੇ ਹੁਣ ਉਸ ਤੋਂ ਬਾਅਦ ਜੋ ਡੀਟੇਲਸ ਆਈਆਂ ਉਹ ਇੱਕ ਖੋਦਾ ਪਹਾੜ ਨਿਕਲੀ ਚੁਹੀ ਇਹ ਉਹ ਗੱਲ ਹੋ ਗਈ ਤੇ ਹੁਣ ਈਵਨ ਹੁਣ ਦੇਖੋ ਇਹ ਵੀ ਨੈਰੇਟਿਵ ਜਿਹੜਾ ਹੈ ਬਿਲਡ ਹੋਣਾ ਸ਼ੁਰੂ ਹੋ ਗਿਆ ਫਾਕਸ ਨਿਊਜ਼ ਨੇ ਫਾਕਸ ਨਿਊਜ਼ ਨੇ ਆਫ ਆਲ ਦ ਆਊਟਲੈਟਸ ਆ ਫੌਕਸ ਨਿਊਜ਼ ਨੇ ਡੋਨਲਡ 트ੰਪ ਦੀ ਇਸ ਜਿਹੜੇ ਇਸ ਪ੍ਰੋਗਰਾਮ ਦਾ ਉਹਦੀ ਨਖੇਦੀ ਕੀਤੀ ਹੈ ਆਫ ਆਲ ਆਫ ਆਊਟਲੈਟਸ ਉਹ ਕਹਿੰਦੇ ਕਿ ਇਹਦੇ ਨਾਲ ਤਾਂ ਕੁਝ ਫਰਕ ਹੀ ਨਹੀਂ ਪੈਣਾ ਹਾਂ ਤੁਸੀਂ ਦੇਖੋ ਇਹ ਵੀ ਇੱਕ ਨੈਰੇਟਿਵ ਬਿਲਡਿੰਗ ਹੈ ਹਾਂ ਹੁਣ ਲੋਕ ਐਕਸਪੈਕਟ ਕਰ ਰਹੇ ਨੇ ਕਿ ਮੇਬੀ ਕਿਉਂਕਿ ਇਹ ਨੈਰੇਟਿਵ ਬਿਲਡ ਹੋ ਜਾਣਾ ਕਿ ਇਹਦੇ ਨਾਲ ਤਾਂ ਜੌਬਸ ਪ੍ਰੋਟੈਕਟ ਹੀ ਨਹੀਂ ਹੋਈਆਂ ਰਾਈਟ ਤੇ ਜਿਹੜਾ ਇਨੀਸ਼ੀਅਲ ਮੋਟਿਵ ਸੀਗਾ ਟੂ ਡਿਸਟਰੈਕਟ ਵੈਨ ਯੂ ਕੈਨਟ ਅਟਰੈਕਟ ਡਿਸਟਰੈਕਟ ਡਿਸਟਰੈਕਟ ਤੇ ਡਿਸਟਰੈਕਟ ਜਿਹੜਾ ਡਿਸਟਰੈਕਸ਼ਨ ਸੀਗੀ ਹੁਣ ਉਹਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲਣੀ ਹੈ ਹੋ ਸਕਦਾ ਹੈ ਕਿ ਜਿਹੜੇ ਹੋਰ ਪ੍ਰੋਗਰਾਮਸ ਇਹਦੇ ਵਿੱਚ ਐਡ ਕਰ ਦਿੱਤੇ ਜਾਣ ਕਿਉਂਕਿ ਉਹਨਾਂ ਨੇ 트럼ਪ ਨੇ ਕਿਹਾ ਨਾ ਦੇਖੋ ਜੀ ਮੀਡੀਆ ਮੰਗ ਕਰ ਰਿਹਾ ਲੋਕ ਮੰਗ ਕਰ ਰਹੇ ਨੇ ਤੇ ਅੱਛਾ ਅੱਜ ਜਿਹੜੀ ਹੁਣ ਆਪਾਂ ਟਵੀਟ ਤੇ ਆਈਏ ਹੁਣ ਹੋਰ ਅੱਛਾ ਇੱਕ ਏ ਟਵੀਟ ਆ ਹੋਰ ਵੀ ਟਵੀਟਸ ਨੇ ਪਹਿਲਾਂ ਤੁਸੀਂ ਦੱਸੋ ਕਿਹੜੀ ਟਵੀਟ ਦਾ ਜ਼ਿਕਰ ਕਰਨਾ ਇਹਦੇ ਨਾਲ ਹੀ ਰਿਲੇਟਡ ਜੀ ਹੁਣ ਕਹਿੰਦੇ ਕਿ ਜਿਹੜਾ ਐਗਜ਼ੀਕਿਟਿਵ ਆਰਡਰ ਹੈਗਾ ਪਹਿਲਾਂ ਕਿਉਂਕਿ ਕੱਲ ਕਹਿੰਦੇ ਸੀ ਵੀ ਇਨ ਕਮਿੰਗ ਡੇਸ ਸਾਈਨ ਕਰਨਾ ਅੱਜ ਸਵੇਰੇ 3 ਘੰਟੇ ਪਹਿਲਾਂ ਉਹਨਾਂ ਨੇ ਟਵੀਟ ਕਰਤੀ ਆ ਅੱਜ ਹੀ ਕਰ ਦੇਣਾ ਆ prohibiting immigration into our country today in the meantime hmm. even without this order yeah. aap man rahe ne hon is is order to bina vi our southern border mexico na lagda hai mexico na lagda aided substantially by the 170 miles of the new border wall dekho apni hun odi tareef karti apne uh, jada election promise di aage chalo is street ch and 27000 mexican soldiers

Our country is starting to open for business again. All open, caps. Open for business is all caps. <laughs> Special care is and always will be given to our beloved seniors, bracket the which except me! Exclamation. Exclamation mark. <laughs> Their lives will be better than ever. And then all caps, Ustabad, we love you all. exclamation mark exclamation mark donald trump ਦਾ ਖਾ ਫੇਵਰੇਟ ਪੰਕਚੁਏਸ਼ਨ ਸਾਈਨ ਹਾਂ ਤੇ ਫਿਗਰਜ਼ ਆਫ ਸਪੀਚ ਦੇ ਵਿੱਚ ਐਡਜੈਕਟਿਵਸ ਹਾਂ ਸੋ ਉਹਨੇ ਕਿਹਾ ਕਿ ਸਾਰੇ ਬਜ਼ੁਰਗਾਂ ਦਾ ਖਿਆਲ ਰੱਖਿਆ ਜਾਵੇਗਾ ਮੈਨੂੰ ਛੱਡ ਕੇ ਹੁਣ ਇਹ ਉਹਨਾਂ ਦਾ ਇਹ ਕਹਿਣਾ ਕਿ ਉਹ ਆਪਣੀ ਦੇਖਭਾਲ ਦਾ ਤਿਆਗ ਕਰ ਰਹੇ ਨੇ ਤਾਂ ਕਿ ਦੂਜਿਆਂ ਨੂੰ ਦੇਖਭਾਲ ਮਿਲ ਸਕੇ ਜਾਂ ਉਹ ਆਪਣੇ ਆਪ ਨੂੰ ਬਜ਼ੁਰਗ ਨਹੀਂ ਮੰਨਦੇ ਇਹਨਾਂ ਦੇ ਵਿੱਚੋਂ ਦੋ ਚੀਜ਼ਾਂ ਹੋ ਸਕਦੀਆਂ ਨੇ ਵਿੱਚ ਜਿਹੜੇ ਅਮਰੀਕਾ ਦੇ ਸੀਡੀਸੀ ਡਾਇਰੈਕਟਰ ਨੇ ਕਿਹਾ ਸੀ ਕਿ ਸੈਕੰਡ ਵੇਵ ਕੁਡ ਬੀ ਈਵਨ ਮੋਰ ਡੈਵਸਟੇਟਿੰਗ ਜੀ ਹੁਣ 29 ਮਿੰਟ ਪਹਿਲਾਂ ਡੋਨਲਡ ਟਰੰਪ ਨੇ ਟਵੀਟ ਕੀਤਾ ਸੀਡੀਸੀ ਡਾਇਰੈਕਟਰ ਵਾਸ ਟੋਟਲੀ ਮਿਸਕੋਟਡ ਬਾਈ ਫੇਕ ਨਿਊਜ਼ ਹੈਸ਼ ਐਡ ਕਰਕੇ ਉਹਨਾਂ ਨੇ ਕੀਤਾ ਹੈਗਾ ਸੀਐਨਐਨ ਫੇਕ ਨਿਊਜ਼ ਫੇਕ ਨਿਊਜ਼ ਸੀਐਨਐਨ ਓਨ ਕੋਵਿਡ 19 ਹੀ ਵਿਲ ਬੀ ਪੁੱਟਿੰਗ ਆਊਟ ਅ ਸਟੇਟਮੈਂਟ ਮਤਲਬ ਉਹਦੇ ਮੈਂ ਕੰਨ ਖਿੱਚਤੇ ਆ ਉਹਦੀ ਬਾਹ ਮਰੋੜਦੀ ਐ ਹੁਣ ਉਹਦੀ ਜਿਹੜੀ ਹੈਗੀ ਕਿਉਂਕਿ ਐਕਸਪਲੇਨੇਸ਼ਨ ਕਿਉਂਕਿ ਸੀਡੀਸੀ ਡਾਇਰੈਕਟਰ ਨੇ ਕਹਿਤਾ ਸੀ ਕਿ ਸੈਕੰਡ ਵੇਵ ਆਏਗੀ ਤੇ ਉਹ ਬਹੁਤ ਹੋਰ ਤੀਬਰ ਹੋਏਗੀ ਹੋਰ ਜ਼ਿਆਦਾ ਮੁਸ਼ਕਲਾਂ ਲੈ ਕੇ ਆ ਸਕਦੀ ਹੈ ਕੋਰਟ ਟਰੰਪ ਦੇ ਨੈਰੇਟਿਵ ਨਾਲ ਜਾਂਦੀ ਉਹ ਕਹਿੰਦੇ ਆ ਇਹ ਸਟੇਟਸ ਆ ਰੋਪਨਿੰਗ ਅਪ ਫॉर ਬਿਜ਼ਨਸ ਸੋ ਅਸੀਂ ਇਹ ਗੱਲ ਕੀਤੀ ਸੀ ਕਿ ਜਦੋਂ ਇਹ ਜਿਹੜਾ ਸੈਗਮੈਂਟ ਸਾਡਾ ਹੋਏਗਾ ਇਹ ਅਸੀਂ ਉਸੇ ਉਸੇ ਦਿਨ ਕਰਾਂਗੇ ਜਿਸ ਜਿਸ ਦਿਨ ਇਹਦੇ ਵਿੱਚ ਸੱਚਮੁੱਚ ਗੱਲਬਾਤ ਕਰਨ ਨੂੰ ਕੁਝ ਹੋਇਆ ਪਰ ਡੋਨਲਡ ਟਰੰਪ ਦੀਆਂ ਟਵੀਟਸ ਨਿਰੰਤਰ ਕੁਝ ਨਾ ਕੁਝ ਮਸਾਲਾ ਪ੍ਰਦਾਨ ਡੋਨਲਡ 트럼ਪ ਨੂੰ ਵੀ ਆਪਾਂ ਕਹਿ ਕੇ ਨਾ ਪੇ ਚੈੱਕ ਪਹੁੰਚਾਉਣਾ ਸ਼ੁਰੂ ਕਰੀ ਹੈ ਹੀ ਇਸ ਆਲਸੋ ਔਨ ਅ ਪੇ ਰੋਲ ਨਾ ਹੇ ਇਹ ਸਾਡਾ ਅੱਜ ਦਾ ਟ੍ਰੀਪਾ ਟਵੀਟਾਂ 트럼ਪ ਦਿਆਂ ਟਵੀਟਾਂ 트럼ਪ ਦੀਆਂ ਸੈਗਮੈਂਟ